ਪੰਜਾਬ ਦੀ ਸਿਆਸਤ ਦੇ ਵਿੱਚ ਪਿਛਲੇ ਦਿਨਾਂ ਤੋਂ ਕੁਝ ਅਜਿਹੇ ਜ਼ਿਕਰ ਚੱਲ ਰਹੇ ਨੇ ਬੇਸ਼ੱਕ ਡੱਬੇ 'ਚ ਬੰਦ ਪੈਨ ਡਰਾਈਵਾਂ ਦਾ ਜ਼ਿਕਰ ਹੋਵੇ ਜਾਂ ਫਿਰ ਸਿਆਸਤਦਾਨਾਂ ਵੱਲੋਂ ਦਿੱਤੇ ਗਏ ਬਿਆਨਾਂ ਦਾ ਜ਼ਿਕਰ ਹੋਵੇ ਇਨ੍ਹਾਂ ਬਿਆਨਾਂ ਦੇ ਵਿੱਚ ਇੱਕ ਦੂਜੀ ਦੇ ਖਿਲਾਫ ਜਦੋਂ ਨਿਜੀ ਲੜਾਈ ਤੇ ਉਤਰੇ ਨੇ ਤਾਂ ਹੁਣ ਸਾਰਿਆਂ ਦੇ ਵੱਲੋਂ ਕੋਰਟ ਜਾਣ ਦੀ ਧਮਕੀ ਦਿੱਤੀ ਜਾ ਰਹੀ ਹੈ ਇਨ੍ਹਾਂ ਦੇ ਵਿਚਕਾਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲੀਗਲ ਨੋਟਿਸ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੇ ਨਾਮ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਮੌਜੂਦ ਨੇ ਡਲਾ ਸਾਹਿਬ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਪਾਸੇ ਤਾਂ ਨੀਲੇ ਰੰਗ ਦੇ ਡੱਬੇ ਦਾ ਜ਼ਿਕਰ ਚੱਲੀ ਜਾਂਦਾ ਕਿੰਨੇ ਡੱਬੇ ਚ ਪੈਨ ਡਰਾਈਵ ਵਿਖਾ ਗਏ ਮਨਜੀਠਿਆ ਸਾਹਿਬ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਹੁਣਾਂ ਨੇ ਮੁੱਖ ਮੰਤਰੀ ਹੁਣਾਂ ਨੂੰ ਲੀਗਲ ਨੋਟਿਸ ਜਾਰੀ ਕਰਤਾ ਚੱਲ ਕੀ ਰਿਹਾ ਕਿਵੇਂ ਵੇਖੋ ਦੇਖੋ ਮੈਨੂੰ ਲੱਗਦਾ ਇਹ ਗੱਲਾਂ ਨਿੱਜੀ ਲੜਾਈਆਂ ਤੱਕ ਆ ਗਈਆਂ ਡੱਬੇ ਵੈਸੇ ਨੀਲੇ ਨਹੀਂ ਮੈਂ ਰੰਗ ਫਿਰੋਜੀ ਜਿਹਾ ਲੱਗਿਆ ਮੈਨੂੰ ਫਿਊਜ਼ਨ ਜਿਹੜਾ ਕਲਰ ਆ ਕੋਈ ਪਰ ਦੋ ਡੱਬੇ ਨੇ ਬੜੇ ਸੋਹਣੇ ਨੇ ਉੱਪਰ ਗੁਲਾਬੀ ਰੰਗ ਦੀ ਉਹਨਾਂ ਨੇ ਉਹ ਜਿਹੜੀ ਗਿਫਟ ਰੈਪ ਕੀਤੀ ਹੋਈ ਹੈ ਪਰ ਦੇਖੋ ਇਹ ਸਿਆਸਤ ਇਹ ਬਹੁਤ ਹੀ ਨਿੱਜੀ ਲੜਾਈਆਂ ਵਾਲੇ ਪਾਸੇ ਪਹੁੰਚ ਗਿਆ ਸੋ ਮੈਨੂੰ ਲੱਗਦਾ ਹੈ ਕਿ ਇਹ ਪੰਜਾਬ ਦੀ ਸਿਆਸਤ ਦੇ ਲਈ ਕੋਈ ਸ਼ੁਭ ਜਿਹੜਾ ਹੈਗਾ ਸ਼ਗਨ ਨਹੀਂ ਪਰ ਅਜਿਹਾ ਕਿਉਂ ਹੁੰਦਾ ਆਪਾਂ ਇਹ ਸੋਚੀਏ ਗਗਨਦੀਪ ਜੀ ਅਜਿਹਾ ਉਦੋਂ ਹੁੰਦਾ ਜਦੋਂ ਅਸਲ ਮੁੱਦੇ ਬਚਦੇ ਨਹੀਂ ਹੁਣ ਮੈਂ ਸੁਖਵੀਰ ਬਾਦਲ ਦਾ ਵੀ ਦੇਖ ਰਿਹਾ ਸੀ ਕਹਿੰਦੇ ਜੀ ਤੁਸੀਂ ਲੀਗਲ ਨੋਟਿਸ ਭੇਜਦਾ ਵੀ 5 ਦਿਨਾਂ ਦੇ ਵਿੱਚ ਲਿਖਤੀ ਮਾਫੀ ਮੰਗੋ ਵੀ ਨਹੀਂ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ ਇਹ ਡੇਫਰਮੇਸ਼ਨ ਡਿਫਰਮੇਸ਼ਨ ਚਲਦੀਆਂ ਰਹਿੰਦੀਆਂ ਸਿਆਸਤ ਚ ਕੈਪਟਨ ਅਮਰਿੰਦਰ ਪ੍ਰਕਾਸ਼ ਸਿੰਘ ਬਾਦਲ ਕਿਸੇ ਦੇ ਕੇਸ ਨਿਭੜੇ ਸਾਡੀਆਂ ਅਦਾਲਤਾਂ ਦੇ ਵਿੱਚ ਐਡੀ ਛੇਤੀ ਕੇਸ ਨਹੀਂ ਨਿਭੜਦੇ ਜਦ ਤੱਕ ਸਰਕਾਰਾਂ ਬਦਲ ਜਾਂਦੀਆਂ ਨੇ ਤੇ ਜਦੋਂ ਸਰਕਾਰ ਬਦਲ ਜਾਂਦੀ ਹੈ ਤੇ ਫਿਰ ਗੁੱਸੇ ਗਲੇ ਲੀਡਰਾਂ ਦੇ ਖਤਮ ਹੋ ਜਾਂਦੇ ਨੇ ਮੈਨੂੰ ਇਹ ਲੱਗਦਾ ਕਿ ਇਹਨਾਂ ਡੈਫਾਮੇਸ਼ਨਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ ਪੋਲਿਟੀਕਲ ਪਾਰਟੀ ਦੇ ਲੀਡਰਾਂ ਨੂੰ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜਨੀ ਚਾਹੀਦੀ ਹੈ ਹੁਣ ਜੇ 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 ਮੈਗਨਾਉ ਉਹਨਾਂ ਨੇ ਕਹਿਦਾ ਵੀ ਤੁਸੀਂ ਰਿਟਰਨ ਅਪਾਲੋਜੀ ਕਰੋ ਭਗਵੰਤ ਮਾਨ ਨੂੰ ਜੀ ਉਹ ਰਿਟਰਨ ਅਪੋਲੋਜੀ ਵੀ ਕਰ ਦੂਗਾ ਫਿਰ ਵੀ ਕੀ ਹੋ ਜਾਊਗਾ ਅਸਲ 'ਚ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਨਾ ਭਗਵੰਤ ਮਾਨ ਨੇ ਉਹਨਾਂ ਕੋਲੇ ਮੁੱਦਾ ਹੀ ਕੋਈ ਨਹੀਂ ਛੱਡਿਆ ਭਗਵੰਤ ਮਾਨ ਦੇ ਖਿਲਾਫ ਵਿਰੋਧੀ ਪਾਰਟੀਆਂ ਕੋਲੇ ਮੁੱਦਾ ਹੀ ਕੋਈ ਨਹੀਂ ਕਿਉਂ ਕਿ ਕਿਉਂਕਿ ਜਿਹੜੇ ਵੱਡੇ ਮੁੱਦੇ ਨੇ ਨਾ ਵੱਡੇ ਮੁੱਦੇ ਕੀ ਆ ਵੱਡੇ ਮੁੱਦੇ ਇਹ ਆ ਵੀ ਚੰਡੀਗੜ੍ਹ ਪੰਜਾਬ ਨੂੰ ਕਿਉਂ ਨਹੀਂ ਮਿਲਿਆ ਵੱਡੇ ਮੁੱਦੇ ਇਹ ਨੇ ਕਿ ਅੱਜ ਤੱਕ ਇਹ S.Y.L ਦਾ ਮਸਲਾ ਨਿਬੇੜ ਕਿਉਂ ਨਹੀਂ ਸਕੇ ਵੱਡੇ ਮੁੱਦੇ ਇਹ ਨੇ ਕਿ ਕਾਂਗਰਸ ਹੋਵੇ ਭਾਜਪਾ ਅਕਾਲੀ ਦਲ ਇਹ ਕੋਰਟ 'ਚ ਸਵਈਲ ਜਿੱਤ ਕਿਉਂ ਨਹੀਂ ਸਕੀਆਂ 20 ਸਾਲ ਹੋ ਗਏ ਅਸੀਂ ਕੇਸਾਰਗੇ ਕਾਂਗਰਸ ਹੋਵੇ ਅਕਾਲੀ ਦਲ ਹੋਵੇ ਬੀਜੇਪੀ ਹੋਵੇ ਅੱਜ ਤੱਕ ਪ੍ਰਾਲੀ ਦਾ ਮਸਲਾ ਨਹੀਂ ਨਿਬੇੜ ਸਕੀਆਂ ਜਿੰਨੇ ਮਸਲੇ ਗੁੰਜਲਦਾਰ ਬਣੇ ਹੋਏ ਨੇ ਉਹਨਾਂ ਦਾ ਜਵਾਬ ਭਗਵੰਤ ਮਾਨ ਇਹਨਾਂ ਤੋਂ ਮੰਗਦਾ ਹੈ ਉਹ ਸੁਖਵੀਰ ਬਾਦਲ ਤੋਂ ਮੰਗਦਾ ਹੈ ਕੈਪਟਨ ਅਮਰਿੰਦਰ ਤੋਂ ਮੰਗਦਾ ਹੈ ਰਾਜਾ ਵੜਿੰਗ ਤੋਂ ਮੰਗਦਾ ਹੈ ਸੁਨੀਲ ਜਾਖੜ ਤੋਂ ਮੰਗਦਾ ਹੁਣ ਭਗਵੰਤ ਮਾਨ ਇਹਨਾਂ ਤੋਂ ਜਵਾਬ ਮੰਗਦਾ ਤੇ ਉਹ ਮੁੱਦੇ ਲੋਕ ਵੀ ਸਮਝਦੇ ਨੇ ਇਹ ਤਾਂ ਆਮ ਲੋਕ ਵੀ ਸਮਝਦੇ ਨੇ ਨਾ ਕਿ ਭਗਵੰਤ ਮਾਨ ਨੇ 1.5 ਸਾਲ ਚ ਆ ਕੇ ਪੰਜਾਬ ਥੋੜੀ ਲੁੱਟ ਲਿਆ ਭਗਵੰਤ ਮਾਨ ਨੇ ਡੇਢ ਸਾਲ ਚ ਪੰਜਾਬ ਥੋੜੀ ਬਰਬਾਦ ਕਰਤਾ ਕਿ ਡੇਢ ਸਾਲ ਚ ਭਗਵੰਤ ਮਾਨ ਨੇ ਪੰਜਾਬ ਬੇਚਤਾ ਜਿਹੜੇ ਅੱਜ ਕਹਿੰਦੇ ਪੰਜਾਬ ਬੇਚਤਾ ਮਸਲਾ ਤਾਂ ਇਹ ਹੈ ਵੀ ਇੱਕ ਪਾਸੇ 70-75 ਸਾਲ ਦਾ ਸ਼ਾਸਨ ਹੈ ਤੇ ਇੱਕ ਪਾਸੇ ਭਗਵੰਤ ਮਾਨ ਦੀ ਤਾਂ ਡੇਢ ਸਾਲ ਦੀ ਬੈਟਿੰਗ ਹੈ ਹਜੇ ਮੁੱਖ ਮੰਤਰੀ ਦੇ ਤੌਰ ਤੇ ਅਸੀਂ ਅਸੀਂ ਉਹ ਜਿੰਨੇ ਡਿਲੀਵਰ ਕਰ ਰਿਹਾ ਇਹਨਾਂ ਹਾਲਾਤਾਂ ਚ ਮੈਨੂੰ ਲੱਗਦਾ ਉਹ ਵੀ ਸੰਤੁਸ਼ਟੀਜਨਕ ਹੈ 37000 ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਭਗਵੰਤ ਮਾਨ ਨੇ ਦਿੱਤੀਆਂ ਹੁਣ ਅੰਕੜੇ ਤੁਸੀਂ ਅੰਕੜੇ ਦੇਖੋ ਅੰਕੜੇ ਦੇਖੋ ਨਾ ਆંકੜੇ ਕੀ ਕਹਿੰਦੇ ਨੇ ਕੈਪਟਨ ਮਰਿੰਦਰ ਨੇ 17 ਤੋਂ 22 ਤੱਕ ਕਿੰਨੀਆਂ ਸਰਕਾਰੀ ਨੌਕਰੀਆਂ ਦਿੱਤੀਆਂ 5 ਸਾਲਾਂ 'ਚ 57000 ਤੇ ਭਗਵੰਤ ਮਾਨ ਨੇ 1.5 ਸਾਲਾਂ 'ਚ ਕਿੰਨੀਆਂ ਦੇਤੀਆਂ 37000 ਤੋਂ ਵੱਧ ਹੁਣ ਅਕਾਲੀ ਦਲ ਵਾਲੇ ਵੀ ਕੱਢ ਕੇ ਲਿਆਉਣਾ ਆਪਣੇ ਆંકੜੇ ਵੀ ਦੇਖੋ ਜੀ ਅਸੀਂ ਤਾਂ 2 ਲੱਖ ਦਿੱਤੀਆਂ ਅਸੀਂ ਆંકੜੇ ਲਿਆਉਣ ਟਵੀਟ ਕਰਨ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਟਵੀਟ ਕਰਨ ਭਗਵੰਤ ਮਾਨ ਨੂੰ ਜੇ ਤੁਸੀਂ ਹਰਾਉਣਾ ਹੈ ਤੇ ਭਗਵੰਤ ਮਾਨ ਦੇ ਆંકੜਿਆਂ ਨਾਲ ਮੁਕਾਬਲਾ ਕਰੋ ਉਹ ਇਹ ਕਰ ਨਹੀਂ ਸਕਦੇ ਇਸ ਕਰਕੇ ਜਿਹੜੀ ਸਿਆਸਤ ਹੈ ਉਹ ਨਿੱਜੀ ਪਾਸੇ ਆ ਗਈ ਵੀ ਸਾਡੇ ਕੋਲੇ ਪੈਨ ਡਰਾਈਵ ਹੈ ਜੀ ਅਸੀਂ ਗਿਫਟ ਦਵਾਂਗੇ ਜੀ ਹੁਣ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਜੀ ਜੇ ਕਿਸੇ ਦੀ ਨੀਲੀ ਫਿਲਮ ਹੈ ਤੇ ਪੰਜਾਬ ਦੇ ਲੋਕਾਂ ਨੇ ਕੀ ਲੈਣਾ ਘਰ ਘਰ ਟੈਲੀਵਿਜ਼ਨ ਹੈ ਲੋਕ ਐਂਟਰਟੇਨਮੈਂਟ ਦੇ ਪ੍ਰੋਗਰਾਮ ਦੇਖਦੇ ਨੇ ਇਹ ਨੀਲੀ ਫਿਲਮ ਦਾ ਆਮ ਲੋਕਾਂ ਨੂੰ ਕੀ ਮਤਲਬ ਹੈ ਜੀ ਇਹ ਕੀ ਹੈ ਇਹ ਇੱਕ ਤਰ੍ਹਾਂ ਦੀ ਸਿਆਸੀ ਦੂਸ਼ਣਬਾਜ਼ੀ ਹੈ ਵੀ ਕਿਸੇ ਦਾ ਅਗਰ ਕਿਸੇ ਦਾ ਕੋਈ ਬਲੂ ਨੀਲੀ ਫਿਲਮ ਹੈ ਵੀ ਉਹਦਾ ਪੋਲਿਟੀਕਲ ਕੈਰੀਅਰ ਖਤਮ ਕਰ ਦੋ ਕਰ ਦੋ ਵੈਸੇ ਜਿਨ੍ਹਾਂ ਦੀਆਂ ਇਹ ਜਿਹੀਆਂ ਬਣਦੀਆਂ ਨੇ ਉਹਨਾਂ ਨੂੰ ਆਪ ਹੀ ਸਿਆਸਤ ਤੋਂ ਸੰन्यास ਲੈ ਲੈਣਾ ਚਾਹੀਦਾ ਭਾਈ ਜਾ ਤੁਸੀਂ ਨੀਲੀਆਂ ਫਿਲਮਾਂ ਬਣਾ ਲਓ ਜਾਂ ਸੇਵਾ ਕਰ ਲਓ ਪਰ ਇਹਨਾਂ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਜਲਾ ਸਰ ਇਹ ਸਾਰਿਆਂ ਦੇ ਵਿਚਾਰ ਤੁਸੀਂ ਜਦੋਂ ਮਾਫੀ ਵਾਲਾ ਗੱਲ ਸ਼ੁਰੂ ਤੋਂ ਜ਼ਿਕਰ ਕੀਤਾ ਅਸੀਂ ਵਿਕਰਮ ਜੀਠਿਆ ਹੁਣਾਂ ਨੂੰ ਵੀ ਇਹ ਸਵਾਲ ਕੀਤਾ ਸੀ ਕਿ ਆ ਵੀ ਮਾਫੀਆਂ ਮੰਗਾ ਕੀ ਕਰੋਂ ਕਹਿੰਦੇ ਕਿ ਇੱਕ ਮਾਫੀ ਮੰਗਣ ਵਾਲਾ ਤਾਂ ਕਹਿੰਦੇ ਮੇਰਾ ਬਹੁਤ ਪੱਕਾ ਯਾਰ ਹੈ ਕੇਜਰੀਵਾਲ ਹੁਣਾਂ ਦਾ ਜ਼ਿਕਰ ਕਰਕੇ ਕਹਿੰਦੇ ਉਹ ਵੀ ਮਾਫੀਆਂ ਮੰਗਦੇ ਕਹਿੰਦੇ ਇਹ ਮਾਫੀਆਂ ਵਾਲਾ ਇਹਨਾਂ ਦਾ ਬਹੁਤ ਲੰਮਾ ਇਤਿਹਾਸ ਹੈ ਕਹਿੰਦੇ ਮਾਫੀਆਂ ਵਿੱਚ ਵੀ ਮੰਗਵਾ ਲਾਂਗੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਅਪੋਲੋਜੀ ਇਹਨਾਂ ਨੂੰ ਲੈਟਰ ਦਿੱਤੀ ਉਹ ਤਾਂ ਫਿਰ ਤੀਜੀ ਵਾਰ ਵੀ ਮੁੱਖ ਮੰਤਰੀ ਬਣ ਗਿਆ ਉਹ ਤਾਂ ਅਪੋਲੋਜੀ ਕਰਕੇ ਪੰਜਾਬ 'ਚ ਵੀ ਆਪਣੀ ਸਰਕਾਰ ਬਣਾ ਗਿਆ ਅਰਵਿੰਦ ਕੇਧਰੀਅਲ ਤੇ ਭਗਵੰਤ ਮਾਨ ਉਹਨਾਂ ਨੇ ਤਾਂ ਲੋਕਾਂ ਨੂੰ ਕਹਿਤਾ ਵੀ ਸਾਨੂੰ ਅਸੀਂ ਦਿੱਲੀ ਦੇ ਲੋਕਾਂ ਲਈ ਕੰਮ ਕਰਨਾ ਹੈ ਜੀ ਅਸੀਂ ਕਿੱਥੇ ਕੋਟ ਖਚਾਰੀਆਂ 'ਚ ਜਾਵਾਂਗੇ ਅਸੀਂ ਅਪੋਲੋਜੀ ਕਰਕੇ ਲੋਕਾਂ ਦੇ ਕੰਮ ਦੇ ਲਈ ਲੱਗ ਗਏ ਹੁਣ ਤੁਸੀਂ ਦੱਸੋ ਜੇ ਤਾਂ ਇਸ ਇਸ ਪੈਸੇ ਆਉਣ ਤੋਂ ਬਾਅਦ ਸਿਆਸਤ ਦੇ ਪੱਧਰ ਦੀ ਗੱਲ ਕਰਦੇ ਆ ਕਿ ਜੇਕਰ ਇਹ ਸਾਰਿਆਂ ਦੇ ਵਿਚਕਾਰ ਮਾਫੀ ਮੰਗਣੀ ਹੁੰਦੀ ਹੈ ਤੇ ਪਹਿਲਾਂ ਬਿਆਨਬਾਜ਼ ਯੂਸ ਪੱਧਰ ਦੀ ਕਿਉਂ ਹੁੰਦੀ ਹੈ ਜੇਕਰ ਬਾਲਾਸਰ ਵਾਲੀ ਗੱਲ ਗਲਤ ਹੈ ਤੇ ਉਸ ਉਸ ਪੱਧਰ ਤੇ ਬਿਆਨਬਾਜ਼ੀ ਕਿਉਂ ਹੁੰਦੀ ਹੈ ਮੈਂ ਤੁਹਾਨੂੰ ਦੱਸਦਾ ਹੁਣ ਸੁਖਵੀਰ ਬਾਦਲ ਕਈ ਲੀਡਰਾਂ ਨੂੰ ਮੈਂਟਲ ਕਹਿ ਦਿੰਦਾ ਕੱਲ ਨੂੰ ਉਹ ਡਿਫਰਮੇਸ਼ਨ ਕਰ ਦੇਣਗੇ ਸੁਖਵੀਰ ਬਾਦਲ ਸਾਬਤ ਕਰ ਦੂਗਾ ਸੁਖਵੀਰ ਬਾਦਲ ਇੱਕ ਲੀਡਰ ਨੂੰ ਕਹਿੰਦਾ ਸੀ ਪਰੌਂਠਾ ਅਗਲਾ ਅਦਾਲਤ ਚ ਚੱਲਦੇ ਜੀ ਮੈਂ ਤਾਂ ਪਰੌਂਠਾ ਹੈ ਹੀ ਨਹੀਂ ਸੁਖਵੀਰ ਬਾਦਲ ਸਾਬਤ ਕਰ ਦੂਗਾ ਵੀ ਇਹ ਪਰੌਂਠਾ ਸਿਆਸਤ ਦਾ ਮਤਲਬ ਜੇ ਸੁਖਬੀਰ ਬਾਦਲ ਹੁਣ ਡੇਫਾਮੇਸ਼ਨ ਕਰਦਾ ਤੇ ਚਾਰ ਲੀਡਰਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਹੋਰਾਂ ਨੇ ਸੁਖਬੀਰ ਬਾਦਲ ਦੇ ਬਿਆਨ ਕੱਢ ਲੈਣੇ ਉਹਨਾਂ ਨੇ ਵੀ ਅਦਾਲਤਾਂ ਚਲੇ ਜਾਣਾ ਵੀ ਆਓ ਸੁਖਬੀਰ ਬਾਦਲ ਜੀ ਤੁਸੀਂ ਵੀ ਦੱਸੋ ਕੀ ਕਰੋਗੇ ਇਹ ਜਿਹੜੀ ਸਿਆਸਤ ਹੈ ਨਾ ਤੁਸੀਂ ਸਿਆਸਤ ਨੂੰ ਪੰਜਾਬ ਦੇ ਲੋਕਾਂ ਦੇ ਹਿੱਤ ਤੇ ਆ ਕੇ ਖੜੋ ਹਾਂ ਕੋਈ ਪੰਜਾਬ ਦੇ ਮੁੱਦੇ ਤੇ ਤੁਸੀਂ ਡੇਫਾਮੇਸ਼ਨ ਕਰੋ ਤੁਸੀਂ ਡੇਫਾਮੇਸ਼ਨ ਕਰੋ ਕਿਸੇ ਪੰਜਾਬ ਦੇ ਮੁੱਦੇ ਤੇ ਵੀ ਭਗਵੰਤ ਸਿੰਘ ਸਾਹਿਬ ਤੁਸੀਂ ਆਹ ਕਿਹਾ ਸੀ ਤੇ ਅਸੀਂ ਤੁਹਾਡੇ ਤੇ ਡੇਫਾਮੇਸ਼ਨ ਕਰਦੇ ਹਾਂ ਅਕਾਲੀ ਦਲ ਜਾਵੇ ਕੋਰਟ ਚ ਮੰਗ ਕਰੇ ਭਗਵੰਤ ਮਾਨ ਹੁਣਾ ਤੋਂ ਵੀ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਅਸੀਂ ਜਿਹੜੇ ਜਿਹੜੇ ਬਿਜਲੀ ਦੇ ਐਗਰੀਮੈਂਟ ਕੀਤੇ ਐ ਆ ਕੇ ਅਸੀਂ ਇਹ ਖਤਮ ਕਰ ਦਾਂਗੇ ਉਹਦੇ ਤੇ ਜਾਣ ਸੁਖਵੀਰ ਬਾਦਲ ਅਦਾਲਤ ਦੇ ਵਿੱਚ ਤੇ ਸਵਾਦ ਵੀ ਆਵੇ ਇਹ ਨਿੱਜੀ ਗੱਲਾਂ ਤੇ ਕਿਸੇ ਨੇ ਕਿਹਾ ਤਾਂ ਜੀ ਉੱਥੇ ਆ ਹੋ ਗਿਆ ਜੀ ਆ ਆ ਹੋ ਗਿਆ ਜੀ ਆਪਾਂ ਮਾੜੀ ਮਾੜੀ ਗੱਲ ਤੇ ਦਿਲ ਤੇ ਲਾ ਲਈ ਹੁਣ ਸੁਖਵੀਰ ਬਾਦਲ ਦੇ ਜਿਹੜੇ ਭਾਸ਼ਣ ਨੇ ਜੇ ਤੁਸੀਂ ਚੱਕਣ ਤੇ ਆ ਜਾਓ ਸੁਖਵੀਰ ਬਾਦਲ ਦੇ ਹਰ 10 ਭਾਸ਼ਣਾਂ ਦੇ ਵਿੱਚੋਂ ਇੱਕ ਅਦਾ ਸ਼ਬਦ ਇਹ ਜਾ ਹੁੰਦਾ ਜਿਹਦੇ ਨਾਲ ਕਿਸੇ ਨਾ ਕਿਸੇ ਨੂੰ ਬੁਰਾ ਲੱਗਦਾ ਅਗਲਾ ਵੀ ਕੱਲ ਨੂੰ ਅਦਾਲਤ ਚ ਚੱਲ ਜੂਗਾ ਇਹਦੇ ਤੋਂ ਨਿਕਲਣਾ ਕੁਝ ਨਹੀਂ ਇਹ ਸਾਰੇ ਮਸਲੇ ਦੇ ਵਿੱਚਕਾਰ ਅਸੀਂ ਜਦੋਂ ਇਹ ਸਾਰੇ ਸਵਾਲ ਹੁੰਦੇ ਨੇ ਪਰਮਪੰਦ ਸਿੰਘ ਵੰਟੀ ਰਮਾੜਾ ਨੂੰ ਜਦੋਂ ਚੱਕਿਆ ਜਾਂਦਾ ਕਰੋ ਉਹ ਵੀ ਕਹਿੰਦੇ ਕਹਿੰਦੇ ਕਿ ਇਹ ਜਿਹੜਾ ਦੌਰ ਚਲਾਇਆ ਸੀ ਇੱਕ ਦੂਜੇ ਦੇ ਖਿਲਾਫ ਬੋਲਣ ਵਾਲਾ ਟਿਕਾ ਟਿੱਪਣੀ ਵਾਲਾ ਕਹਿੰਦੇ ਭਗਵੰਤ ਮਾਨ ਸਾਹਿਬ ਨੇ ਚਲਾਇਆ ਸੀ ਜਦੋਂ ਅਸੀਂ ਹੁਣ ਇਹਨਾਂ ਦੇ ਖਿਲਾਫ ਬੋਲਦੇ ਆ ਕਹਿੰਦੇ ਪਾਵਰ ਦਾ ਇਸਤੇਮਾਲ ਕਰਦੇ ਨੇ ਕਹਿੰਦੇ ਜੇ ਅਸੀਂ ਉਦੋਂ ਕਰਨਾ ਚਾਹੁੰਦੇ ਪਾਵਰਾਂ ਦਾ ਇਸਤੇਮਾਲ ਤੇ ਅਸੀਂ ਬਾਹਰ ਨਾ ਆਉਣ ਦਿੰਦੇ ਕਹਿੰਦੇ ਕਿ ਜਦੋਂ ਮੈਂ ਵੀਡੀਓ ਪਾਈ ਆ ਮੈਨੂੰ ਸੈਰਾਗੜ੍ਹ ਵੀਡੀਓ ਕਹਿ ਕੇ ਮੈਨੂੰ ਤੇ ਮੈਨੂੰ 13 14 ਦਿਨਾਂ ਅੰਦਰ ਲਵਾਤੇ ਕਹਿੰਦੇ ਮੈਨੂੰ ਕੋਈ ਦਿੱਕਤ ਨਹੀਂ ਪਰ ਕਹਿੰਦੇ ਇਹ ਦੌਰ ਭਗਵੰਤ ਮਾਨ ਸਾਹਿਬ ਦਾ ਚਲਾਇਆ ਜਦੋਂ ਸਾਡੇ ਦੀ ਕਿੱਕਲੀਆਂ ਬਣਾਉਂਦੇ ਸੀ ਜਦੋਂ ਸਾਡੇ ਖਿਲਾਫ ਬੋਲਦੇ ਕਟਗੁਜਰੀ ਸੀ ਅਕਾਲੀ ਦਲ ਦੇ ਰਾਜ ਚ ਕਿੰਨੇ ਪਰਚੇ ਹੋਏ ਬਹੁਤ ਪਰਚੇ ਹੋਏ ਕੈਪਟਨ ਮਰਿੰਦਰ ਆਇਆ ਉਹਨੇ ਕਮਿਸ਼ਨ ਬਣਾਤਾ ਸਾਬਕਾ ਜਸਟਿਸ ਨੇ ਅਕਾਲੀ ਦਲ ਦੇ ਰਾਜ ਚ ਬਹੁਤ سارے ਕੀਤੇ ਪਰਚਿਆਂ ਨੂੰ ਝੂਠਾ ਘਰਾੜ ਦਿੰਦਾ ਸੋ ਝੂਠੇ ਪਰਚੇ ਦਾ ਗੱਲ ਹੀ ਦਲ ਦੇ ਰਾਜ ਚ ਵੀ ਹੋਇਆ ਹਾਲਾਂਕਿ ਪੰਜਾਬ ਵਾਲੀ ਸਰਕਾਰ ਨੇ ਵੀ ਭਗਵੰਤ ਮਾਨ ਦੀ ਸਰਕਾਰ ਨੇ ਵੀ ਉਹ ਬੱਗੇ ਤੇ ਪਰਚਾ ਦੇਤਾ ਬੀਬੀ ਅਲਕਾ ਲਾਂਬਾ ਤੇ ਉਹਦੋਂ ਦੇਤਾ ਉਹ ਨਹੀਂ ਦੇਣਾ ਚਾਹੀਦਾ ਸੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਵੀ ਪੁਲਿਸ ਨੇ ਬਹੁਤ ਸਾਰੇ ਅਜਿਹੇ ਕੇਸ ਦਰਜ ਕੀਤੇ ਨੇ ਜਿਨ੍ਹਾਂ ਤੇ ਸਵਾਲ ਖੜੇ ਹੁੰਦੇ ਨੇ ਇਹ ਹਮੇਸ਼ਾ ਹੁੰਦਾ ਰਿਹਾ ਹੈ ਇਹ ਨਹੀਂ ਵੀ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜੇ ਪੁਲਿਸ ਦੇ ਕਿਸੇ ਅਫਸਰ ਨੇ ਕੇਸ ਦਰਜ ਕਰਨਾ ਹੈ ਉਹ ਭਗਵੰਤ ਜੀ ਨੂੰ ਪੁੱਛੂ ਪਹਿਲਾਂ ਵੀ ਮੈਂ ਸਰ ਕੇਸ ਦਰਜ ਕਰਦਾ ਬਹੁਤ ਸਾਰੇ ਕੇਸ ਨੇ ਅਕਾਲੀ ਦਲ ਦੇ ਰਾਜ ਵੀ ਝੂਠੇ ਦਰਜ ਹੋਏ ਕੈਪਟਨ ਅਮਰਿੰਦਰ ਦੇ ਰਾਜ ਵੀ ਝੂਠੇ ਦਰਜ ਹੋਏ ਹੁਣ ਵੀ ਬਹੁਤ ਸਾਰੇ ਕੇਸ ਝੂਠੇ ਦਰਜ ਹੋ ਰਹੇ ਨੇ ਇਹ ਹਮੇਸ਼ਾ ਹੁੰਦਾ ਰਹਿੰਦਾ ਕਿਉਂਕਿ ਇਹ ਐਡਮਿਨਿਸਟ੍ਰੇਟਿਵ ਫਾਲਟਸ ਨੇ ਅਦਾਲਤਾਂ ਚ ਜੇਲ੍ਹਾਂ ਚ ਸਾਡੇ ਜਿੰਨੇ ਬੰਦੇ ਨੇ ਜੇਲ੍ਹਾਂ ਚ ਕੀ ਸਾਰੇ ਲੋਕ ਦੋਸ਼ੀ ਨੇ ਬੜੇ ਬੇਕਸੂਰੇ ਬੈਠੇ ਨੇ ਜੇਲ੍ਹਾਂ ਚ ਉਹ ਸਭ ਝੂਠੇ ਪਰਚਿਆਂ ਇਸ ਕਰਕੇ ਮੈਂ ਦੇਖੋ ਅਸਲ ਮੁੱਦਾ ਕੀ ਹੈ ਅਸਲ ਮੁੱਦਾ ਇਹ ਹੈ ਵੀ ਨਾ ਅਕਾਲੀ ਦਲ ਕੋਲੇ ਨਾ ਭਾਜਪਾ ਕੋਲੇ ਨਾ ਕਾਂਗਰਸ ਕੋਲੇ ਭਗਵੰਤ ਮਾਨ ਦੇ ਨਾਲ ਲੜਾਈ ਲੜਨ ਦਾ ਇਸ ਵਕਤ ਕੋਈ ਮੁੱਦਾ ਹੈ ਨਹੀਂ ਇਸ ਕਰਕੇ ਦੂਜੀਆਂ ਇਧਰ ਲੀਆਂ ਉਧਰ ਲੀਆਂ ਗੱਲਾਂ ਚੱਲ ਰਹੀਆਂ ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਨੇ ਜਿਵੇਂ ਜਿਵੇਂ ਚੋਣਾਂ ਨੇੜੇ ਆਉਣੀਆਂ ਨੇ ਜ਼ਰੂਰ ਉਹਦੀਆਂ ਕੋਲੇ ਜਿਹਨੂੰ ਕਹਿੰਦੇ ਨੇ ਇਸ਼ੂ ਲੈਸ ਪੋਲਿਟਿਕਸ ਕਰ ਰਹੇ ਨੇ ਹਾਂ ਕਿਸ ਗੱਲ ਤੇ ਪੋਲਿਟਿਕਸ ਕਰਨ ਉਹ ਦਿਨ 1 ਨਵੰਬਰ ਨੂੰ ਭਗਵੰਤ ਮਾਨ ਨੇ ਚੈਲੰਜ ਕੀਤਾ ਸੀ ਨਾ ਇਹਨਾਂ ਨੂੰ ਡਿਬੇਟ 'ਚ ਸੱਦੇ ਆ ਸੀ ਉਦੋਂ ਕੁਰਸੀ ਤੇ ਨਾਲ ਜਾ ਕੇ ਬਹੰਦੇ ਮਜੀਠੀਆ ਸਾਹਿਬ ਭੇਜ ਦਿੰਦੇ ਸੁਖਬੀਰ ਬਾਦਲ ਉਧਰ ਰਾਜਾ ਵੜਿੰਗ ਬਹੰਦਾ ਉਧਰ ਸੁਨੀਲ ਜਾਖੜ ਸਾਹਿਬ ਬਹੰਦੇ ਤੇ ਭਗਵੰਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਸਵਾਲ ਕਰਦੇ ਡਰ ਪਤਾ ਕੀ ਹੈ ਡਰੇ ਆ ਕਿ ਭਗਵੰਤ ਜੀ ਨੂੰ ਇਹ ਕੀ ਪੁੱਛਦੇ ਵੀ ਭਗਵੰਤਪਨ ਸਾਹਿਬ ਡੇਢ ਸਾਲ 'ਚ ਤੁਸੀਂ ਇਹ ਨਹੀਂ ਕੀਤਾ ਉਹਨੇ ਕਹਿਣਾ ਸੀ ਮੇਰਾ ਤਾਂ ਡੇਢ ਸਾਲ ਆ ਮੈਂ ਤੁਹਾਡੇ 75 ਸਾਲ ਦਾ ਰਿਕਾਰਡ ਲਈ ਬੈਠਾ ਦੋ ਸਵਾਲ ਪੁੱਛੇ ਜਾਣੇ ਸੀ ਦੋ ਸਵਾਲ ਜਾਖੜ ਸਾਹਿਬ ਤੋਂ ਇੰਨਾ ਪੁੱਛ ਲੋ ਕਿ ਭਾਜਪੀ ਤੇ ਕਾਲੀ ਦਲ ਦੀ ਤੁਹਾਡੀ ਸਾਂਝੀ ਸਰਕਾਰ ਸੀ 17 ਤੋਂ 22 ਤੱਕ 2 ਲੱਖ ਕਰੋੜ ਦਾ ਕਰਜ਼ਾ ਤੁਸੀਂ ਕਿਉਂ ਲਿਆ ਲੋਕਾਂ ਨੂੰ ਇਹ ਦੱਸ ਦੋ ਕੀ ਦੱਸਣਗੇ ਲੋਕਾਂ ਨੂੰ ਵੀ 2 ਲੱਖ ਕਰੋੜ ਦਾ ਕਰਜ਼ਾ ਅਸੀਂ ਕਿਉਂ ਚੜਾਤਾ ਹਾਲਾਂਕਿ ਉਹ ਇਕੱਲਾ ਅਕਾਲੀ ਦਲ ਦਾ ਕਰਜ਼ਾ ਨਹੀਂ ਲਿਆ ਕਾਂਗਰਸ ਦਾ ਵੀ ਲਿਆ ਉਹੀ ਗੱਲ ਰਾਜਾ ਵੜਿੰਗ ਤੋਂ ਹੈ ਜੇ ਹੁਣ ਕੋਈ ਰਾਜਾ ਵੜਿੰਗ ਨੂੰ ਪੁੱਛ ਲੇ ਵੀ ਤੁਸੀਂ ਜੀ ਕੈਪਟਨ ਅਮਰਿੰਦਰ ਦੇ ਵੇਲੇ ਇੰਨੇ ਲੱਖਾਂ ਕਰੋੜਾਂ ਦਾ ਕਰਜ਼ਾ ਲੈ ਲਿਆ ਤੁਹਾਡੀਆਂ ਸਰਕਾਰਾਂ ਨੇ ਤੇ ਰਾਜਾ ਵੜਿੰਗ ਕੋ ਕੀ ਸਵਾਲ ਹੈ ਉਹ ਤਾਂ ਮੰਤਰੀ ਵੀ ਨਹੀਂ ਸੀ ਉਦੋਂ ਰਾਜਾ ਵੜਿੰਗ ਤਾਂ ਮੰਤਰੀ ਜਦੋਂ ਚਰਨਜੀਤ ਚੰਨੀ ਦੀ ਸਰਕਾਰ ਆਈ ਉਦੋਂ ਬਣਿਆ ਜਦੋਂ ਤੱਕ ਰਾਜਾ ਵੜਿੰਗ ਮੰਤਰੀ ਨਹੀਂ ਬਣਿਆ ਉਦੋਂ ਤੱਕ ਤਾਂ ਉਹ ਇੱਕ ਸਾਡਾ ਐਮਐਲਏ ਸੀ ਕੈਪਟਨ ਨੇ ਰਾਜਾ ਵੜਿੰਗ ਤੋਂ ਪੁੱਛ ਕੇ ਕਰਜ਼ਾ ਲੈਣਾ ਸੀ ਤੇ ਰਾਜਾ ਵੜਿੰਗ ਕੀ ਕਹਿੰਦਾ ਇਸ ਕਰਕੇ ਇਹ ਬਹੁਤ ਹੀ ਡਿਫਰੈਂਟ ਤਰ੍ਹਾਂ ਦਾ ਜਿਹੜਾ ਪੋਲਿਟੀਕਲ ਮਾਹੌਲ ਪੰਜਾਬ 'ਚ ਬਣਿਆ ਹੈ ਕਿਉਂਕਿ ਜਿਹੜੇ ਸਵਾਲ ਪੁੱਛਣ ਵਾਲੇ ਸੀ ਹੁਣ ਸਵਾਲ ਪੁੱਛਿਆ ਜਾਣਾ ਸੀ ਕੈਪਟਨ ਅਮਰਿੰਦਰ ਤੋਂ ਉਹ ਭਾਜਪਾ ਦੀ ਝੋਲੀ 'ਚ ਪੈ ਗਿਆ ਸਵਾਲ ਪੁੱਛਿਆ ਜਾਣਾ ਸੀ ਸੁਨੀਲ ਜਾਖੜ ਤੋਂ ਉਹ ਵੀ ਭਾਜਪਾ ਵਾਲੇ ਪਾਸੇ ਚਲਾ ਗਿਆ ਦੇਖੋ ਜਦੋਂ ਭਗਵੰਤ ਮਾਨ ਸਵਾਲ ਪੁੱਛੂ ਨਾ ਜੇ ਅੱਜ ਭਗਵੰਤ ਮਾਨ ਸੁਨੀਲ ਜਾਖੜ ਤੋਂ ਸਵਾਲ ਪੁੱਛੂ ਤੇ ਸੁਨੀਲ ਜਾਖੜ ਜਵਾਬ ਕਿਦਾ ਦੇਊਗਾ ਉਹ ਤਾਂ ਬੀਜੇਪੀ ਚ ਆਪ ਸਾਲ ਪਹਿਲਾਂ ਗਏ ਆ ਸੁਨੀਲ ਜਾਖੜ ਸਾਹਿਬ ਕਹਿੰਨਗੇ ਮੈਂ ਕੀ ਦੱਸਾਂ ਜੀ ਮੈਂ ਤਾਂ ਬੀਜੇਪੀ ਚ ਸਾਲ ਪਹਿਲਾਂ ਆਇਆ ਸੋ ਸਵਾਲ ਜੇ ਸੁਨੀਲ ਜਾਖੜ ਤੋਂ ਪੁੱਛਾਂਗੇ ਤੇ ਉਹ ਕਾਂਗਰਸ ਦੇ ਹਵਾਲੇ ਨਾਲ ਉਹਨਾਂ ਨੂੰ ਜਵਾਬ ਦੇਣਾ ਪਊਗਾ ਮੈਂ ਤਾਂ ਕਹਿ ਰਿਹਾ ਠੀਕ ਹੈ ਡੇਫਰਮੇਸ਼ਨ ਜੇ ਕਿਸੇ ਦੇ ਦਿਲ ਤੇ ਬਹੁਤੀ ਗੱਲ ਲੱਗੀ ਉਹਨੇ ਕਰ ਲਈ ਜੇ ਕਿਸੇ ਹੋਰ ਦੇ ਦਿਲ ਤੇ ਅਕਾਲੀ ਦਲ ਦੀ ਗੱਲ ਲੱਗੀ ਉਹਨਾਂ ਨੇ ਵੀ ਡੇਫਰਮੇਸ਼ਨ ਕਰ ਲੈਣਾ ਪਰ ਇਹ ਚ ਨਿਕਲਣਾ ਕੀ ਆ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਪੰਜਾਬ ਦੇ ਡੱਲਾ ਸਾਹਿਬ ਇੱਕ ਇੱਕ ਇੱਕੋ ਡਿਬੇਟ ਇੱਕ ਤਰੀਕ ਨੂੰ ਡਿਬੇਟ ਹੁੰਦੀ ਹੈ ਉਹਦੇ ਵਿੱਚ ਦੋ ਡੇਫਰਮੇਸ਼ਨ ਨਿਕਲ ਕੇ ਆਉਂਦੀਆਂ ਨੇ ਬਲਰਾਮ ਜਾਖੜ ਉਹਨਾਂ ਦਾ ਜ਼ਿਕਰ ਕਰਦੇ ਨੇ ਬਲਰਾਮ ਜਾਖੜ ਉਹਨਾਂ ਦਾ ਜ਼ਿਕਰ ਦੇ ਉੱਤੇ ਸੁਨੀਲ ਜਾਖੜ ਸਾਹਿਬ ਕਹਿ ਦਿੰਦੇ ਨੇ ਕਹਿੰਦੇ ਕਿ ਸਮਾ ਤੁਹਾਡੇ ਕੋਲ ਜਾਂ ਤਾਂ ਇਸ ਚੀਜ਼ ਤੇ ਪ੍ਰੂਫ ਦੇ ਦਿਓ ਜਾ ਮਾਫੀ ਮੰਗ ਲਿਓ ਨਹੀਂ ਮੈਂ ਵੀ ਡੈਫਰਮੇਸ਼ਨ ਕਰਾਂਗਾ ਜੇ ਜੇ ਉਹਨਾਂ ਗੱਲਾਂ ਦਾ ਕੋਈ ਆਧਾਰ ਨਹੀਂ ਸੀ ਕਿਉਂਕਿ ਇਸ ਲੈਵਲ ਦੇ ਉੱਤੇ ਜਿਹੜਾ ਡੈਫਰਮੇਸ਼ਨ ਦੇ ਮਤਲਬ ਇਹਨਾਂ ਕੋਲ ਕੋਈ ਆਧਾਰ ਹੈ ਜਿਹੜੇ ਲੀਗਲ ਨੋਟਿਸ ਭੇਜ ਰਹੇ ਨੇ ਜੇ ਕੋਈ ਆਧਾਰ ਨਹੀਂ ਸੀ ਤਾਂ ਇਹਨਾਂ ਗੱਲਾਂ ਨੂੰ ਉੱਥੇ ਕਰਨ ਦੀ ਜ਼ਰੂਰਤ ਕਿਉਂ ਪਈ ਦੇਖੋ ਫਿਰ ਤਾਂ ਕੈਪਟਨ ਮੋਰਿੰਦਰ ਵੀ ਡੈਫਰਮੇਸ਼ਨ ਕਰਦੇ ਵੀ ਤੁਸੀਂ ਸਾਰੇ ਮੈਨੂੰ ਕਹੀ ਜਾਂਦੇ ਹੋ ਜੀ ਮੈਂ ਚਾਂਦੀ ਦੀ ਕਹੀਂ ਨਾ ਟੱਕ ਲਾਤਾ ਵੀਰ ਦੱਸੋ ਕਿਹੜੀ ਚਾਂਦੀ ਦੀ ਕਹੀ ਸੀ ਕਰੋ ਸਬੂਤ ਹੁਣ ਕਿੱਥੋਂ ਲੱਭ ਕੇ ਲਿਆਓਗੇ ਤੁਸੀਂ ਚਾਂਦੀ ਦੀ ਕਹੀ ਉਹਦਾ ਤਸਵੀਰਾਂ ਪਈਆਂ ਨੇ ਨਹੀਂ ਤਸਵੀਰ ਚ ਕਿਵੇਂ ਪਤਾ ਲੱਗ ਜੂ ਕਹੀ ਚਾਂਦੀ ਦੀ ਆ ਜਾਂ ਪਿੱਤਲ ਦੀ ਹੂੰ ਤਾਂ ਸਾਰੇ ਕੁਝ ਉਸ ਵਕਤ ਦਾ ਇਤਿਹਾਸ ਨੈੱਟ ਤੇ ਪਿਆ ਨਾ ਬਲਰਾਮ ਜਖੜ ਨਾਲ ਜ਼ਿਕਰ ਕਹਿੰਦੇ ਇਤਿਹਾਸ ਦੇਖੋ ਦੇਖੋ ਜੇ ਭਗਵੰਤ ਮਾਨ ਨੇ ਜ਼ਿਕਰ ਕੀਤਾ ਹੈ ਇਹਦੇ ਪਿੱਛੇ ਕੋਈ ਰੈਫਰੈਂਸ ਹੋਊਗਾ ਹੋ ਸਕਦਾ ਭਗਵੰਤ ਮਾਨ ਕੋਈ ਫੋਟੋ ਕੱਢ ਲਿਓਣ ਹੋ ਸਕਦਾ ਕੋਈ ਭਗਵੰਤ ਮਾਨ ਫੋਟੋ ਕੱਢ ਲਿਓਣ ਹਾਂ ਬਹੁਤ ਸਾਰੇ ਪੋਲਿਟਿਕਲ ਲੀਡਰਾਂ ਦੇ ਜਿਹੜੇ ਬਿਆਨ ਨੇ ਹੋ ਸਕਦਾ ਭਗਵੰਤ ਮਾਨ ਨੇ ਆਪਣੇ ਬਿਆਨ ਦਾ ਆਧਾਰ ਕਿਸੇ ਹੋਰ ਲੀਡਰ ਦੇ ਬਿਆਨ ਨੂੰ ਬਣਾ ਲਿਆ ਹੋਵੇ ਸੁਣੀਆਂ ਸੁਣਾਈਆਂ ਗੱਲਾਂ ਵੀ ਚੱਲਦੀਆਂ ਨੇ ਨਾ ਗੱਲਾਂ ਪ੍ਰਚਲਿਤ ਹੋ ਜਾਂਦੀਆਂ ਨੇ ਨਾ ਜੀ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਕਿ ਹਰ ਗੱਲ ਨੂੰ ਸਾਬਤ ਕੀਤਾ ਜਾਵੇ ਡੈਮੋਕ੍ਰੇਸੀ 'ਚ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਅੱਜ ਜਾਖੜ ਸਾਹਿਬ ਵੀ ਚਲੇ ਜਾਣ ਅਦਾਲਤ ਸੁਖਬੀਰ ਬਾਦਲ ਵੀ ਚਲਾ ਜਾਵੇ ਤੇ ਭਗਵੰਤ ਮਾਨ ਇੱਕ ਟੀਮ ਲਾ ਦੂਗਾ ਵੀ ਜਾਖੜ ਸਾਹਿਬ ਦੀਆਂ ਪੁਰਾਣੀਆਂ ਸਾਰੀਆਂ ਵੀਡੀਓ ਕੱਢ ਲਓ ਸੁਖਬੀਰ ਬਾਦਲ ਦੀਆਂ ਕੱਢ ਲਓ ਲੈ ਕਈ ਇਹੋ ਜਿਹੇ ਸ਼ਬਦ ਹੁੰਦੇ ਮੰਚ 'ਤੇ ਤੇ ਭਗਵੰਤ ਮਾਨ ਕਹਿ ਦੂਗਾ ਵੀ ਕਰੋ ਜੀ ਇਹਦੇ ਤੇ ਡਿਫਰਮੇਸ਼ਨ ਕੀ ਨਿਕਲਣਾ ਉਹ ਚੋਂ ਕਿਸੇ ਨੂੰ ਕੀ ਮਿਲਿਆ ਇਹਦੇ ਨਾਲ ਸਵਾਲ ਤਾਂ ਇਹ ਹੈ ਵੀ ਕੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਐਸਵਾਈਐਲ ਤੇ ਜਿੱਤ सके ਸੁਪਰੀਮ ਕੋਰਟ ਚ ਨਹੀਂ ਜਿੱਤੇ ਜੇ ਸੁਪਰੀਮ ਕੋਰਟ ਚ ਜਿੱਤਦੇ ਤੇ ਗੱਲ ਹੀ ਹੋਰ ਸੀ ਇਸ ਕਰਕੇ ਇਹਨਾਂ ਕੋਲੇ ਮੈਨੂੰ ਇਹ ਲੱਗਦਾ ਵੀ ਹੋਰ ਕੋਈ ਮੁੱਦਾ ਨਹੀਂ ਬਚਿਆ ਹੋਰ ਕੀ ਮੁੱਦਾ ਨਹੀਂ ਬਚਿਆ ਇਸ ਕਰਕੇ ਹੁਣ ਇਹ ਕਾਨੂੰਨੀ ਗੱਲਾਂ ਨੇ ਹਾਂ ਜਿੱਥੋਂ ਤੱਕ ਤੁਸੀਂ ਗੱਲ ਕਹੀ ਸੁਖਵੀਰ ਬਾਦਲ ਦੀ ਸੁਨੀਲ ਜਾਖੜ ਦੀ ਤੇ ਮੈਨੂੰ ਇਹ ਲੱਗਦਾ ਹੈ ਕਿ ਜੇ ਮੁੱਖ ਮੰਤਰੀ ਇਹ ਸੋਚ ਲੇ ਕਿ ਜਾਓ ਜੀ ਮੈਂ ਕੋਈ ਮਾਫੀ ਨਹੀਂ ਮੰਗਣੀ ਕੋਈ ਅਪਾਲੋਜੀ ਨਹੀਂ ਕਰਨੀ ਤੇ ਫਿਰ ਅਦਾਲਤਾਂ 'ਚ ਕੇਸ ਚਲੇ ਜਾਣੇ ਆ ਤੇ ਫਿਰ ਅਦਾਲਤਾਂ 'ਚ ਜਾ ਕੇ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋਊਗਾ ਕੀ ਪਤਾ ਹੈ ਅਦਾਲਤਾਂ 'ਚ ਭਗਵੰਤਾਨ ਕੋਈ ਤਸਲ ਹੈ ਜੀ ਫਿਰ ਫੈਲੇ ਦਾ ਨੁਕਸਾਨ ਵੀ ਹੋ ਸਕਦਾ ਬਟ ਇਹ ਤਾਂ ਵਕਤ ਦੀ ਗੱਲ ਹੈ ਤੇ ਡਲਸਪੇਸ ਦੇ ਨਾਲ ਹੀ ਜਕਰ ਕੇਜਰੀਵਲ ਸਾਹਿਬ ਉਹਨਾਂ ਦਾ ਕਰ ਲੈ। ਇਤਿਹਾਸ ਦੇਖੀਏ। ਕਈ ਵਾਰੀ ਡੈਫਮੇਸ਼ਨ ਕੇਸ ਹੋਏ ਮੈਂ ਕੈਪਟਨ ਮੋਰਿੰਦਰ ਪ੍ਰਕਾਸ਼ ਸਿੰਘ ਬਾਦਲ ਉਹ ਸੀਗੇ ਇੱਕ ਹਿਮਾਚਲ ਪ੍ਰਦੇਸ਼ ਦੇ ਵੀਰ ਭੱਦਰ ਸਿੰਘ ਤੇ ਕਈ ਲੀਡਰ ਡੈਫਮੇਸ਼ਨ ਵਾਲੀ ਅਦਾਲਤਾਂ ਦੇ ਡੈਫਮੇਸ਼ਨ ਵਾਲੇ ਕੇਸਾਂ ਚ ਅੱਗੇ ਇੱਕ ਦੂਜੇ ਦੇ ਖਿਲਾਫ ਡਟੇ ਰਹੇ ਨੇ। ਕਦੇ ਕਿਸੇ ਨੂੰ ਸਜ਼ਾ ਹੋਈ ਕੇਸ ਵਾਪਸ ਲੈ ਲੈਂਦੇ ਬਾਅਦ। ਇਹ ਕੇਸ ਕਈ ਕਈ ਸਾਲ ਚੱਲਦੇ ਆ। ਜੇ ਡੈਫਮੇਸ਼ਨ ਦਾ ਕੇਸ ਵੱਡੇ ਲੀਡਰਾਂ ਦਾ ਪੈ ਜੇ ਇਹ 4-5 ਸਾਲ ਤੱਕ ਸਰਕਾਰਾਂ ਬਦਲ ਜਾਂਦੀਆਂ ਨੇ ਫਿਰ ਇਹਨਾਂ ਲੋਕਾਂ ਨੂੰ ਉਹ ਉਤਤਤ ਤੱਕ ਇਹ ਲੋਕ ਆਪਸ ਵਿੱਚ ਫਿਰ ਇੱਕ ਦੂਜੇ ਦੇ ਨੇੜੇ ਹੋ ਜਾਂਦੇ ਆ ਪੁਰਾਣਾ ਇਤਿਹਾਸ ਤਾਂ ਇਹੀ ਕਹਿੰਦਾ ਸੋ ਇਹ ਜ਼ਰੂਰਤ ਹੈ ਡੱਲਾ ਸਾਹਿਬ ਕੱਲ ਨੂੰ ਇੱਥੇ ਕਹਿੰਦੇ ਨੇ ਕਿ ਕੇਜਰੀਵਾਲ ਸਾਹਿਬ ਆ ਰਹੇ ਨੇ ਹੁਸ਼ਾਰਪੁਰ ਦੇ ਵਿੱਚ ਰੈਲੀ ਕਰਨ ਦੇ ਲਈ ਕਹਿੰਦੇ ਵੱਖਰੀ ਕਿਸਮ ਦੀ ਹੋ ਸਕਦਾ ਹੈ ਕਿ ਗਾਰੰਟੀ ਪੂਰੀ ਕਰਨ ਦੀ ਤਿਆਰੀ ਹੋਵੇ ਚਰਚਾਵਾਂ ਵੀ ਨੇ ਕਹਿੰਦੇ ਹੋ ਸਕਦਾ ਹੈ ਕਿ 24 ਤੋਂ ਪਹਿਲਾਂ 1000 ਰੁਪਏ ਵਾਲੀ ਸਕੀਮ ਵੀ ਪੂਰੀ ਕਰਨ ਦੇ ਲਈ ਆ ਰਹੇ ਨਹੀਂ ਦੇਖੋ 1000 ਰੁਪਏ ਵਾਲੀ ਸਕੀਮ ਵੀ ਪੂਰੀ ਕਰ ਸਕਦੇ ਹੋ ਉਹਨਾਂ ਦੀ ਸਰਕਾਰ ਨੇ ਗਰੰਟੀ ਦਿੱਤੀ ਸੀ ਕਿ ਉਹ ਕਰ ਸਕਦੇ ਨੇ 1000 ਰੁਪਏ ਵਾਲੀ ਸਕੀਮ ਪੂਰੀ ਦੇਖੋ ਬਹੁਤ ਸਾਰੇ ਲੋਕ ਨੇ ਗਗਨਦੀਪ ਜੀ ਇੱਕ ਸਮਾ ਜਿੰਦਗੀ ਚਾਹੇ ਜਾਂ ਸੀ ਮੈਂ ਵੀ 1000 ਰੁਪਏ ਜਮਿਨਾ ਚਲਾਉਂਦਾ ਸੀ ਹੁਣ ਵੀ ਬਹੁਤ ਸਾਰੇ ਲੋਕ ਅਜਿਹੇ ਨੇ ਅਗਰ ਉਹਨਾਂ ਨੂੰ 1000 ਰੁਪਏ ਮਿਲ ਜੇ ਸਾਡੀਆਂ ਮਾਤਾਵਾਂ ਭੈਣਾ ਬੀਬੀਆਂ ਨੂੰ ਤੇ ਬਹੁਤ ਸਾਰੀਆਂ ਸਾਡੀਆਂ ਮਹਿਲਾਵਾਂ ਨੇ ਜਿਨ੍ਹਾਂ ਲਈ 1000 ਰੁਪਏ ਬਹੁਤ ਵੱਡੀ ਵੈਲਿਊ ਹੈ ਤੇ ਜੇ ਇਹ ਸਕੀਮ ਪੂਰੀ ਕਰ ਜਾਣ ਕੇਦਰੀয়াল ਸਾਹਿਬ ਆ ਕੇ ਤੇ ਖੁਸ਼ੀ ਵਾਲੀ ਗੱਲ ਹੈ ਜੀ ਸਰਕਾਰ ਦਾ ਕੰਮ ਕੀ ਹੈ ਸਰਕਾਰ ਅਸੀਂ ਕਾਦੇ ਲਈ ਚੁਣਦੇ ਆਂ ਸਰਕਾਰ ਅਸੀਂ ਇਸੇ ਕਰਕੇ ਚੁਣਦੇ ਆ ਕਿ ਸਰਕਾਰ ਆਮ ਲੋਕਾਂ ਦੇ ਦੁੱਖ ਤਕਲੀਫਾਂ 'ਚ ਮਦਦ ਕਰੇ ਹੁਣ ਦੇਖੋ ਕੱਲ ਪਰਸੋਂ 15 ਤਰੀਕ ਨੂੰ ਕਿਸਾਨਾਂ ਦੇ ਖਾਤਿਆਂ 'ਚ 2-2000 ਰੁਪਏ ਆਇਆ ਬਹੁਤ ਵੱਡੀ ਗਿਣਤੀ 'ਚ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਹੈ ਉਹ ਕਹਿੰਦੇ ਮੈਂ 1 ਸਾਲ ਦਾ 6000 ਕਿਸਾਨਾਂ ਦੇ ਖਾਤਿਆਂ 'ਚ ਪਾਣਾ ਹੈ ਤੇ ਜੇ ਨਰਿੰਦਰ ਮੋਦੀ ਸਾਲ ਦਾ ਕਿਸਾਨਾਂ ਦੇ ਖਾਤਿਆਂ 'ਚ 6000 ਪਾ ਸਕਦਾ ਹੈ ਤੇ ਪ੍ਰਧਾਨ ਮੰਤਰੀ ਕਿਹੜਾ ਘਰੋਂ ਪੈਸੇ ਲੈ ਕੇ ਆਉਂਦੇ ਜਾਂ ਉਹ ਕਿਹੜਾ ਬੀਜਪੀ ਦੇ ਖਾਤੇ 'ਚੋਂ ਪੈਸੇ ਦਿੱਤੇ ਜਾਂਦੇ ਜਿਹੜੇ ਪ੍ਰਧਾਨ ਮੰਤਰੀ ਸਾਹਿਬ 6000 ਪਾਉਂਦੇ ਕਿੱਥੋਂ ਦੇਸ਼ ਦੇ ਖਾਤੇ ਚ ਪਾਉਂਦੇ ਆ ਨਾ ਤੇ ਭਗਵੰਤ ਮਾਨ ਪੰਜਾਬ ਦੇ ਖਾਤੇ ਚ ਪਾ ਲੂਗਾ ਤੇ ਜੇ ਮੋਦੀ ਸਾਹਿਬ 6000 ਰੁਪਏ ਕਿਸਾਨਾਂ ਨੂੰ ਪਾ ਸਕਦੇ ਤੇ ਜੇ ਕੇਦਰੀয়াল ਸਾਹਿਬ ਤੇ ਭਗਵੰਤ ਮਾਨ 1000 ਰੁਪਏ ਪਾ ਦੇਣਗੇ ਤੇ ਕਿਹੜੀ ਜਗ੍ਹਾ ਤੇਰੀ ਵੀ ਗੱਲ ਹੋ ਜੂ ਤਾਂ ਕੀ ਘਟਾ ਬੈਲੂ ਜੀ ਸਵਾਲ ਇਹ ਹੈ ਨਾ ਕਿ ਮੁਲਕ ਦੇ ਉੱਤੇ ਕਰਜ਼ਾ ਨਹੀਂ ਪਰ ਪੰਜਾਬ ਦੇ ਉੱਤੇ 3 ਲੱਖ ਕਰੋੜ ਤੋਂ ਉੱਤੇ ਦਾ ਤੇ ਪੰਜਾਬ ਕਾਹਦੇ ਚ ਹੈ ਜੇ ਮੁਲਕ ਤੇ ਕਰਜ਼ਾ ਨਹੀਂ ਫਿਰ ਪੰਜਾਬ ਚ ਕਰਜ਼ਾ ਕਿਵੇਂ ਹੋ ਗਿਆ ਨਹੀਂ ਜੇ ਪੰਜਾਬ ਦੀ ਸਰਕਾਰ ਦੀ ਗੱਲ ਕਰੀਏ ਪੰਜਾਬ ਦੀ ਸਰਕਾਰ ਕੋਲ ਉਸ ਪੱਧਰ ਤੇ ਪੈਸਾ ਹੈ ਨਹੀਂ ਪੰਜਾਬ ਸਰਕਾਰ 50000 ਕਰੋੜ ਲੈ ਚੁੱਕੀ ਹੈ ਬਿਲਕੁਲ ਪੰਜਾਬ ਦੀ ਸਰਕਾਰ ਦੇ ਸਿਰ ਕਰ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੈ ਪਰ ਫਿਰ ਅਸੀਂ ਉਹ ਗੱਲ ਨੂੰ ਸਮਝੀ ਜਿੱਥੇ ਸਿਆਸਤ ਹੁੰਦੀ ਹੈ ਹੁਣ ਸੁਖਵੀਰ ਬਾਦਲ ਰਾਜਾ ਵੜਿੰਗ ਜਾਖੜ ਸਾਹਿਬ ਇਲਜ਼ਾਮ ਕੀ ਲਾਰੇ ਨੇ ਭਗਵੰਤ ਮਾਨ ਤੇ ਵੀ ਤੁਸੀਂ 50-55 ਹਜ਼ਾਰ ਕਰੋੜ ਦਾ ਕਰਜ਼ਾ ਲੈ ਲਿਆ ਉਹੀ ਭਗਵੰਤ ਮਾਨ ਕਹਿ ਰਿਹਾ ਵੀ ਤੁਸੀਂ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੀ ਕਰ ਗਏ ਮੈਂ ਤਾਂ ਤੁਹਾਡੇ ਕਰਜ਼ੇ ਦੀ ਕਿਸ਼ਤ ਮੋੜ ਰਿਹਾ ਪ੍ਰਾਣਿਆਂ ਨੇ ਹੁਣ ਸੁਖਵੀਰ ਬਾਦਲ ਕਹਿੰਦਾ ਜੀ ਸਾਡੀ ਸਰਕਾਰ ਨੇ ਸੇਵਾ ਕੇਂਦਰ ਬਣਾਏ ਪੈਸਾ ਕਿੱਥੋਂ ਆਇਆ ਕਰਜ਼ਾ ਲੈ ਕੇ ਬਣੇ ਨਾ ਕਰਜ਼ਾ ਲੈ ਕੇ ਬਣੇ ਨਾ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਮੁਫਤ ਬਿਜਲੀ ਦਿੱਤੀ ਕਿਸਾਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲੀ ਦਲ ਤੋਂ ਚੈੱਕ ਕੱਟ ਕੇ ਦਿੱਤਾ ਬਿਜਲੀ ਬੋਣ ਨੂੰ ਦੱਸੋ ਪੰਜਾਬ ਦੇ ਲੋਕਾਂ ਦਾ ਪੈਸਾ ਹੀ ਸੀ ਨਾ ਤੇ ਭਗਵੰਤ ਮਾਨ ਵੀ ਪੰਜਾਬ ਦੇ ਲੋਕਾਂ ਦੇ ਟੈਕਸਾਂ ਦੇ ਪੈਸੇ ਚੋਂ ਹੀ ਹਜ਼ਾਰ ਰੁਪਏ ਪਾਊਗਾ ਹੁਣ ਭਗਵੰਤ ਮਾਨ ਨੇ ਘਰੋਂ ਥੋੜੀ ਪੈਸਾ ਦੇਣਾ ਬਟ ਮਸਟਰ ਪਰ ਉਹੀ ਹੈ ਨਾ ਕਿ ਜੇਕਰ ਉਹ ਕਰਜ਼ਾ ਲੈ ਕੇ ਸਕੀਮਾਂ ਪੂਰੀਆਂ ਕਰ ਰਹੇ ਸੀ ਆਪਾਂ ਵੀ ਉਸੇ ਲੀਡ ਦੇ ਉੱਤੇ ਆਸੀ ਵੀ ਕਰਜ਼ਾ ਲੈ ਕੇ ਸਕੀਮਾਂ ਪੂਰੀਆਂ ਕਰੀ ਜਾਂਦੇ ਆ ਪੰਜਾਬ ਨੂੰ ਕਿੱਥੇ ਵੇਖ ਰਹੇ ਆ ਪੰਜਾਬ ਦਾ ਕੀ ਵੇਚਾਂਗੇ ਅੱਗੇ ਜਾ ਕੇ ਕਿ ਜਦੋਂ ਇਹਦਾ ਇੱਕੋ ਹੀ ਹੱ ਜਦੋਂ ਤੱਕ ਸਾਡਾ ਕਰਜ਼ਾ ਨਹੀਂ ਮੁੱਕਦਾ ਤੇ ਸਾਨੂੰ ਜਿਹੜੀ ਚੀਜ਼ ਵੀ ਦੇਣੀ ਪਊਗੀ ਉਹ ਕਿਤਨਾ ਕਿਤੋਂ ਤਾਂ ਦੇਣੀ ਪਊਗੀ ਨਾ ਫਿਰ ਕਿੱਥੋਂ ਦਵੋਗੇ ਫਿਰ ਕਿੱਥੋਂ ਦਵੋਗੇ ਫਿਰ ਤਨਖਾਹਾਂ ਕਿਵੇਂ ਦਿੱਤੀਆਂ ਜਾ ਰਹੀਆਂ ਜਿਹੜਾ ਸਾਡੇ ਕੋਲੇ ਪੈਸਾ ਇਕੱਠਾ ਹੁੰਦਾ ਉਹਦੇ ਚੋਂ ਅਸੀਂ ਤਨਖਾਹਾਂ ਦਿੰਨੇ ਆ ਤੇ ਜਦੋਂ ਸਾਡੇ ਕੋਲੇ ਡਿਵੈਲਪਮੈਂਟ ਲਈ ਹੋਰ ਕੰਮਾਂ ਲਈ ਪੈਸੇ ਘਟਦੇ ਆ ਫਿਰ ਅਸੀਂ ਕਰਜ਼ਾ ਲੈ ਲੈਂਦੇ ਆ ਸਰਬ ਨਵਜੋਤ ਸਿੰਘ ਸਿੱਧੂ ਅਕਸਰ ਸਵਾਲ ਚੁੱਕਦੇ ਨੇ ਕਹਿੰਦੇ ਕਿ ਉਹ ਕਹਿੰਦੇ ਨੇ ਆਪਣੇ ਅੰਦਾਜ਼ 'ਚ ਕਹਿੰਦੇ ਮਿੱਤਰਾ ਈਨੇ ਲੱਖ ਕਰੋੜ ਦਾਰੂ ਤੋਂ ਲੈ ਕੇ ਆਣਾ ਸੀ ਈਨੇ ਲੱਖ ਕਰੋੜ ਤੁਸੀਂ ਰੀਤੀ ਤੋਂ ਲੈ ਕੇ ਆਉਣਾ ਸੀ ਕਿ ਉਹ ਕਿੱਥੇ ਗਿਆ ਦੇਖੋ ਉਹ ਗੱਲਾਂ ਬਿਲਕੁਲ ਸਹੀ ਆ ਦੇਖੋ ਉਹ ਗੱਲ ਤੇ ਤਾਂ ਮੈਂ ਹੁਣ ਵੀ ਖੜਾ ਕਿ ਭਗਵੰਤ ਮਾਨ ਦੀ ਸਰਕਾਰ ਨੂੰ ਕੇਜਰੀਅਲ ਦੀ ਸਰਕਾਰ ਨੂੰ ਇਹਨਾਂ ਨੂੰ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ ਪੰਜਾਬ ਦੇ ਵਿੱਚ ਮਾਈਨਿੰਗ ਦੇ ਉੱਤੇ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ ਪਾਣੀ ਦੇ ਉੱਤੇ ਸਾਨੂੰ ਵੱਖਰੀ ਕਾਰਪੋਰੇਸ਼ਨ ਬਣਾਉਣ ਦੀ ਲੋੜ ਹੈ ਤਾਂ ਕਿ ਅਸੀਂ ਜਿਹੜੇ ਸਾਡੇ ਕੁਦਰਤੀ ਸਰੋਤ ਹੈ ਅਸੀਂ ਉਹਨਾਂ ਤੋਂ ਇਨਕਮ ਜਨਰੇਟ ਕਰ ਲਈਏ ਉਸ ਪਾਸੇ ਕਰਨਾ ਪੈਣਾ ਕੰਮ ਦੂਸਰਾ ਜਿਹੜੀ ਕੇਂਦਰ ਸਰਕਾਰ ਹੈ ਕੇਂਦਰ ਸਰਕਾਰ ਨੂੰ ਪੰਜਾਬ ਦੇ ਵਿੱਚ 50-55 ਹਜ਼ਾਰ ਕਰੋੜ ਰੁਪਏ ਦਾ ਪੈਕੇਜ ਦੇਣ ਦੀ ਲੋੜ ਹੈ ਤਾਂ ਕਿ ਪੰਜਾਬ ਕੋਲੇ ਇੱਕ ਸਰਪਲਸ ਪੈਸਾ ਆ ਜਾਏ ਜਿਹਦੇ ਨਾਲ ਘੱਟੋ-ਘੱਟ ਜਿਹਦੇ ਨਾਲ ਘੱਟੋ-ਘੱਟ ਇੱਕ ਵਰਕਿੰਗ ਕੈਪੀਟਲ ਪੰਜਾਬ ਦੀ ਸਰਕਾਰ ਕੋਲੇ ਆ ਜਾਏ ਨਹੀਂ ਤਾਂ ਫਿਰ ਕਰਜ਼ਾ ਹੀ ਲੈਣਾ ਪੈਣਾ ਹੋਰ ਕੋਈ ਹੱਲ ਨਹੀਂ ਬਿਲਕੁਲ ਜ਼ਰੂਰ ਹੈ ਕਿ ਪੰਜਾਬ ਨੂੰ ਆਪਣੀਆਂ ਲੀਹਾਂ ਤੇ ਵਾਪਸ ਲਿਆਉਣ ਦੇ ਲਈ ਖਰਚਿਆਂ ਦੀ ਨਹੀਂ ਬਲਕਿ ਇੱਕ ਨੀਤੀ ਦੀ ਲੋੜ ਹੈ ਉਸ ਨੀਤੀ ਦੇ ਤਹਿਤ ਚੱਲ ਕੇ ਪੰਜਾਬ ਨੂੰ ਕਰਜ਼ੇ ਦੇ ਚਵਾਰ ਕੱਢਿਆ ਜਾ ਸਕਦਾ ਬੇਨਾ ਕਰਜ਼ੇ ਵਾਲੀਆਂ ਸਟੇਟਾਂ ਫਰੀ ਜੋ ਮਰਜ਼ੀ ਦੇਣ ਉਹਨਾਂ ਨੂੰ ਮੁਬਾਰਕ ਹੈ ਪਰ ਕਰ ਜਿੱਥੇ ਬੱਚਾ ਬੱਚਾ ਕਰਜ਼ਈਆ ਉਹਨਾਂ ਸਟੇਟਾਂ ਦੇ ਵਿੱਚੋਂ ਫ੍ਰੀ ਚੀਜ਼ਾਂ ਦੇਣ ਤੋਂ ਗਰੀਬ ਜ਼ਰੂਰ ਕਰਨਾ ਚਾਹੀਦਾ ਕੈਮਰਾਮੈਨ ਹਰਿਸ਼ ਦੇ ਨਾਲ ਮੈਂ ਗਗਨਦੀਪ ਸਿੰਘ ਚੰਡੀਗੜ੍ਹ